हाँ जी हाँ जी, कोई गल नहीं, तुसीं फिक्र नहीं करना, आपे समझा देंगे, फिर दोबारा समझा देंगे, कोई जमें टेंशन नहीं लेनी, कोई गल नहीं, माड़ी मोटी गल्ला तो होंदी रहने, मैं आपे समझा दूँ, कोई गल नहीं, कोई टेंशन नहीं लेनी। ओके चंगा, मैं किनू समझाना की गल आ। जे ना कुड़ी ने चज दे संस्कार दिते होंदे तां अज्ज इह गल्लां सुणनियां ने पैंदी, बेअकला मंगू वचन दसना ही नहीं बच्चे ने भी की करना की नहीं। सारा कुछ समझाया मैं कुड़ी नू, भी चार सूट सस दे ने, आ तेरे स्वेटर कोट तेरे सहुरे दा, आ मुंदिया छले तेरे उमरे ने, भी अकल ना पई सारे नू फड़ा दी। तू कहना संस्कार नहीं दिता, क्यों नहीं दिता मैं इहनू संस्कार? मैं समझ गया तेरी अकल, तू मूर्ख दे मूर्ख रहे। संस्कार मतलब यह होंदा कुड़ी नू इउं समझाउंदे वी हाँ तैं सस सहुरे दी किवें इज्जत करनी है, किवें मिठा बोलना है, उच्ची नहीं बोलना, बुरा चंगा नहीं कहना, उन्हां नू संस्कार कहिंदे। कपड़े लीड़े नू संस्कार नहीं कहिंदे, कपड़े देते सूट देते, कपड़े लीड़िया नू कड़ा पुछदा, जे कुड़ी दी बोली चंगी हो आपे तेरी इज्जत है। ਉਹਨਾਂ ਦੀਆਂ ਗੱਲਾਂ 'ਚ ਨਾ ਉਹ ਬਹੁਤ ਵਿਗੜੇ ਹੋਏ ਬੰਦੇ ਨੇ। ਉਹ ਪਹਿਲਾਂ ਵੀ ਵੱਡੀ ਦੱਸਦੀ ਹੁੰਦੀ ਆ, ਮੈਨੂੰ ਫੋਨ 'ਤੇ ਕਈ ਵਾਰ ਦੱਸਿਆ ਸੀ ਵੀ ਮਾਸੀ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ, ਇਹ ਤਾਂ ਮੇਰੀ ਕੁੜੀ ਤਾਂ ਗਊ ਆ, ਤੈਨੂੰ ਨਹੀਂ ਪਤਾ ਪਹਿਲਾਂ ਮੁਝ ਤਾਂ ਬੋਲ ਦਿੱਤੀ ਹੁੰਦਾ ਇੱਥੇ ਹੈਂ, ਹੁਣ ਤੂੰ ਉਹ ਨਵੇਂ ਤਰੀਕੇ ਕੱਢ ਕੱਢ ਦੇਣ ਲੱਗ ਗਏ, ਤੈਨੂੰ ਕੁੜੀ ਗਊ ਆ ਮੇਰੀ। ਮੈਂ ਜਾਣਦਾ ਕੁੜੀ ਨੂੰ, ਗਊ ਨੂੰ ਵਿਆਹ ਤੋਂ ਪਹਿਲਾਂ ਕਿੰਨਾ ਬੋਲਦੀ ਸੀ, ਨਾਲੇ ਗਊ ਦੀ ਮਾਂ ਨੂੰ ਵੀ ਜਾਣਦਾ ਇਹ ਕਿੰਨੀਆਂ ਸਾਊ ਨੇ। ਵਿਆਹ ਤੋਂ ਪਹਿਲਾਂ ਕਿਹੜੇ ਵਿਆਹ ਤੋਂ ਪਹਿਲਾਂ, ਕਦੋਂ ਮੇਰੀ ਧੀ ਬੋਲਦੀ ਸੀ ਵਿਆਹ ਤੋਂ ਪਹਿਲਾਂ? ਸਾਹ ਤੁਸੀਂ ਕੱਢਣ ਨਹੀਂ ਸੀ ਦਿੰਦੇ ਸਾਬਤਾ ਕੁੜੀ ਨੂੰ। ਮੈਂ ਤੁਹਾਨੂੰ ਦੁਸਹਿਰੇ ਵਾਲਾ ਦਿਨ ਯਾਦ ਹੈ ਪੁੱਤ, ਕੁੜੀ ਚਾਹ ਦਾ ਕੱਪ ਕਰੇ ਘੁੱਟ। ਡੈਡੀ ਮੈਂ ਤੁਹਾਡੀ ਚਾਹ ਤੋਂ ਬਣਦੀ ਹੈਗੀ, ਤੁਹਾਨੂੰ ਦਿੰਦਾ ਨਹੀਂ, ਮੈਂ ਫੋਨ 'ਤੇ ਲੱਗੀ ਹੋਈ ਹਾਂ, ਮੈਂ ਅਸਾਈਨਮੈਂਟ ਬਣਾਉਣੀ ਆ ਆਪਣੀ, ਮੰਮੀ ਨਹੀਂ ਬਣਾ ਸਕਦੀ, ਜਾਂ ਮੰਮੀ ਨੂੰ ਕਹਿ ਦਿਓ ਮੰਮੀ ਚਾਹ ਬਣਾ ਦੇ ਯਾਰ। ਚੱਲ ਕੋਈ ਗੱਲ ਨਹੀਂ, ਬੈਠੋ ਤੁਸੀਂ, ਮੈਂ ਬਣਾਉਣੀ ਹੈ ਚਾਹ ਦਾ ਕੱਪ। ਹੁਣ ਆ ਗਿਆ ਯਾਦ, ਉਹ ਤਾਂ ਮੇਰੇ ਮੂਹਰੇ ਐਂ ਬੋਲਦੀ, ਹੁਣ ਉਹਦੇ ਸੱਸ ਸਹੁਰੇ ਨੂੰ ਦੇਖ ਲਾ ਕਿਵੇਂ ਬੋਲਦੀ ਹੋ। ਮੰਮੀ ਆਪਣੇ ਨਾਲ ਦੇ ਪਿੰਡ ਵਾਲਾ ਸਰਪੰਚ ਆ, ਦੇਖ ਲਾ ਕੋਮਾ 'ਚ ਚਲਿਆ ਗਿਆ। ਵੇ ਪੈਸੇ ਵਾਲੇ ਲੋਕ ਨੇ, ਜਿੱਥੇ ਮਰਜ਼ੀ ਜਾਣ। ਹਾਂਜੀ ਦੋਸਤ, ਕੀ ਹਾਲ ਚਾਲ ਨੇ, ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਆ। ਜਦੋਂ ਅਸੀਂ ਘਰ ਬਣਾਉਣ ਲੱਗੇ ਸੀ ਨਾ, ਤਾਂ ਸਾਡੇ ਘਰ ਦੇ ਕਹਿੰਦੇ ਵੀ ਇੱਦਾਂ ਕਰਾਂਗੇ ਪੁੱਤ, ਆਪਾਂ ਇੱਕ ਛੋਟਾ ਜਿਹਾ ਕਿਚਨ ਨਾ ਗਰਾਜ 'ਚ ਵੀ ਬਣਾ ਲਾਂਗੇ। ਮੈਂ ਪੁੱਛਿਆ ਮੰਮੀ ਛੋਟਾ ਕਿਚਨ ਕਿਸ ਗੱਲ ਲਈ? ਕਹਿੰਦੇ ਪੁੱਤ ਆਪਾਂ ਫਿਰ ਗੰਦਾ ਨਹੀਂ ਨਾ ਕਰਨਾ ਅੰਦਰ, ਆਪਾਂ ਕੁਕਿੰਗ ਗਰਾਜ 'ਚ ਕਰ ਲੈ। ਮੈਂ ਕਿਹਾ ਮਾਤਾ ਬਈ ਆਪਾਂ ਪੈਸੇ ਫਿਰ ਕਿਉਂ ਲਾਉਣੇ ਨੇ ਕਿਚਨ 'ਤੇ, ਆਪਾਂ 1,000 ਰੁਪਈਆ ਲਾ ਦਿੰਦੇ ਕਿਚਨ 'ਤੇ ਵੀ ਸਾਨੂੰ ਆਹ ਚਾਹੀਦਾ ਕਿਚਨ ਵਧੀਆ ਚਾਹੀਦਾ, ਅਤੇ ਕੁਕਿੰਗ ਆਪਾਂ ਗਰਾਜ 'ਚ ਕਰਨੀ ਹੈ, ਕੀ ਫਾਇਦਾ? ਆਪਾਂ ਚੀਜ਼ਾਂ ਨੂੰ ਵੱਧ ਵੈਲਿਊ ਦੇਣ ਲੱਗ ਗਏ ਇਨਸਾਨਾਂ ਦੇ ਨਾਲੋਂ। ਸਾਡੀ ਮੈਂਟੈਲਿਟੀ ਇੱਦਾਂ ਦੀ ਹੋ ਗਈ ਆ ਕਿ ਅਸੀਂ ਚੀਜ਼ਾਂ ਹਾਏ ਸਾਂਭ ਸਾਂਭ ਕੇ ਰੱਖਦੇ ਹਾਂ, ਜੋ ਇਨਸਾਨ ਨੇ, ਜੋ ਸਾਡੇ ਫੈਮਿਲੀ ਫਰੈਂਡਸ ਨੇ ਜਾਂ ਫੈਮਿਲੀ ਨੇ ਮੈਂਬਰਸ ਨੇ, ਉਹਨਾਂ ਦੀ ਵੈਲਿਊ ਅਸੀਂ ਜ਼ੀਰੋ ਕਰੀ ਜਾਂਦੇ ਹਾਂ। ਮੈਂ ਇਹੀ ਕਹਿਣਾ ਚਾਹੁੰਦਾ ਜੀ, ਚੀਜ਼ਾਂ ਨੂੰ ਇੰਨਾ ਮਹੱਤਵ ਨਹੀਂ ਦੇਈਦਾ, ਆਪਣੇ ਪਰਿਵਾਰ ਨੂੰ ਅਤੇ ਆਪਣੇ ਦੋਸਤਾਂ ਨੂੰ ਜੋ ਵੀ ਤੁਹਾਡੇ ਸਰਕਲ ਦੇ ਵਿੱਚ ਹੈਗਾ ਉਹਨਾਂ ਨੂੰ ਪ੍ਰਾਇਓਰਟੀ ਦਿਓ। ਥੈਂਕ ਯੂ।